ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਸਮਾਜਿਕ ਨਿਜੀ ਅਤੇ ਅੰਦਰੂਨੀ ਬੋਲੀ ਨੂੰ ਡਿਸਕਸ ਕਰਨ ਜਾ ਰਹੇ ਹਾਂ 3 ਟਾਈਪ ਆਫ ਸਪੀਚ ਦਿੱਤੀਆਂ ਗਈਆਂ ਸੀ ਵਾਈਗੋਟਸ ਕੀ ਦੁਆਰਾ ਐਂਡ ਇਸ ਟੌਪਿਕ ਦੇ ਵਿੱਚੋਂ ਤੁਹਾਨੂੰ ਪੀਐਸਟੈਟ ਦੇ ਵਿੱਚ ਪ੍ਰਸ਼ਨ ਪੁੱਛ ਲਏ ਜਾਂਦੇ ਆ ਐਂਡ ਇਹ ਵੀਡੀਓ ਪੀਐਸਟੈਟ ਦੀ ਤਿਆਰੀ ਕਰ ਰਹੇ ਪੇਪਰ 1 ਐਂਡ ਪੇਪਰ 2 ਦੇ ਸਟੂਡੈਂਟ ਲਈ ਇੰਪੋਰਟੈਂਟ ਹੈ ਛੇ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਵੀਡੀਓ ਨੂੰ ਗੱਲ ਕਰ ਰਹੇ ਸੀ ਵਾਈ ਗੌਡਸ ਕੀ ਦੀ ਵਾਈ ਗੌਡਸ ਕੀ ਨੇ ਤਿੰਨ ਤਰ੍ਹਾਂ ਦੀਆਂ ਸਪੀਚੇਸ ਦੀ ਗੱਲ ਕੀਤੀ ਹੈ ਤਿੰਨ ਤਰ੍ਹਾਂ ਦੀਆਂ ਬੋਲੀਆਂ ਦੀ ਗੱਲ ਕੀਤੀ ਹੈ ਜਿਹੜੀ ਕਿ ਬੱਚਿਆਂ ਦੇ ਵਿੱਚ ਵਿਕਸਿਤ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜੀ ਸਪੀਚ ਬੱਚਿਆਂ ਵਿੱਚ ਡਿਵੈਲਪ ਹੁੰਦੀ ਹੈ ਉਹਦਾ ਨਾਮ ਹੈ ਗਾਜੀ ਸੋਸ਼ਲ ਸਪੀਚ ਇਨੂੰ ਆਪਾਂ ਐਕਸਟਰਨਲ ਸਪੀਚ ਵੀ ਕਹਿੰਦੇ ਆ ਸਮਾਜਿਕ ਬੋਲੀ ਜਾਂ ਫਿਰ ਬਾਹਰੀ ਬੋਲੀ ਦੂਸਰੇ ਨੰਬਰ ਤੇ ਹੈ ਜੀ ਪ੍ਰਾਈਵੇਟ ਸਪੀਚ ਐਂਡ ਇਹਦਾ ਦੂਜਾ ਨਾਮ ਵੀ ਹੈਗਾ ਜੀ ਈਗੋਸੈਂਟ੍ਰਿਕ ਸਪੀਚ ਨਿੱਜੀ ਬੋਲੀ ਜਾਂ ਫਿਰ ਹਮੇ ਕੇਂਦ੍ਰਿਤ ਬੋਲੀ ਤੀਸਰੇ ਨੰਬਰ ਤੇ ਹੈ ਇਨਰ ਸਪੀਚ ਅੰਦਰੂਨੀ ਬੋਲੀ ਤੈਨ ਤਰ੍ਹਾਂ ਦੀਆਂ ਬੋਲੀਆਂ ਬਾਰੇ ਤੁਹਾਨੂੰ ਪਤਾ ਲੱਗਿਆ ਹੋਣਾ ਹੁਣ ਆਪਾਂ ਇਹਨਾਂ ਦੇ ਡਿਟੇਲ ਵਿੱਚ ਵੀ ਸਮਝ ਲੈਣੇ ਆ ਕਿ ਇਹਨਾਂ ਸਪੀਚਸ ਬਾਰੇ ਕਿਹੜੀ ਗੱਲ ਕੀਤੀ ਗਈ ਹੈ ਬੜੇ ਹੀ ਸਿੰਪਲੀਫਾਈਡ ਤਰੀਕੇ ਨਾਲ ਤਿੰਨੇ ਸਪੀਚਸ ਨੂੰ ਆਪਾਂ ਸਮਝ ਲੈਣੇ ਆ ਸਭ ਤੋਂ ਪਹਿਲੇ ਨੰਬਰ ਤੇ ਹੈ ਸੋਸ਼ਲ ਸਪੀਚ ਜਾਂ ਫਿਰ ਐਕਸ ਸਮਾਜਿਕ ਬੋਲੀ ਜਾਂ ਫਿਰ ਬਾਰੀ ਬੋਲੀ ਜਦੋਂ ਬੱਚੇ ਦੂਜਿਆਂ ਨਾਲ ਗੱਲਬਾਤ ਕਰਨ ਲਈ ਸਪੀਚ ਦੀ ਵਰਤੋਂ ਕਰਦੇ ਨੇ ਜੀ ਬੋਲੀ ਦੀ ਵਰਤੋਂ ਕਰਦੇ ਨੇ ਉਹਨੂੰ ਆਪਾਂ ਕਹਿੰਦੇ ਆ ਸੋਸ਼ਲ ਸਪੀਚ ਐਂਡ ਇਹ ਜਿਹੜੀ ਸਪੀਚ ਹੈ 6 ਤੋਂ ਲੈ ਕੇ 12 ਮਹੀਨਿਆਂ ਦੇ ਬੱਚਿਆਂ ਤੋਂ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਸ ਏਜ ਦੇ ਵਿੱਚ ਬੱਚੇ ਜਿਹੜੇ ਸਾਊਂਡਸ ਨੇ ਜੀ ਉਹਨਾਂ ਦੇ ਮੂੰਹ ਤੋਂ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਕੁਝ ਸ਼ਬਦ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਐਂਡ ਜਦੋਂ ਬੱਚੇ 2 ਤੋਂ ਲੈ ਕੇ 3 ਸਾਲ ਤੱਕ ਦੀ ਉਮਰ ਵਿੱਚ ਆਉਂਦੇ ਨੇ ਇਸ ਟਾਈਮ ਦੇ ਵਿੱਚ ਬੱਚੇ ਕੁਝ ਸਿੰਪਲ ਸੈਂਟੈਂਸਸ ਦੇ ਵਿੱਚ ਆਪਦੀਆਂ ਜ਼ਰੂਰਤਾਂ ਐਂਡ ਆਪਦੇ ਆਈਡੀਆਜ਼ ਨੂੰ ਵਿਚਾਰ ਨੂੰ ਦੂਜਿਆਂ ਦੇ ਸਾਹਮਣੇ ਰੱਖਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਬੱਚੇ 2 ਤੋਂ ਲੈ ਕੇ 3 ਸਾਲ ਤੱਕ ਦੀ ਉਮਰ ਵਿੱਚ ਆਉਂਦੇ ਆ ਸੋਸ਼ਲ ਸਪੀਚ ਦੇ ਵਿੱਚ ਲੋਕਾਂ ਨਾਲ ਸੋਸ਼ਲ ਕਨੈਕਸ਼ਨ ਡਿਵੈਲਪ ਕਰਨ ਲਈ ਸੋਸ਼ਲ ਸਪੀਚ ਦਾ ਵਿਕਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸੋ ਇਸ ਦੇ ਨਾਲ ਹੀ ਚੱਲਦੇ ਆਪਾਂ ਸੈਕੰਡ ਸਪੀਚ ਤੇ ਸੋਸ਼ਲ ਸਪੀਚ ਬਾਰੇ ਪਤਾ ਲੱਗ ਗਿਆ ਕਿ ਜਦੋਂ ਬੱਚੇ ਉੱਚੀ ਉੱਚੀ ਬੋਲਦੇ ਨੇ ਐਂਡ ਇਹ ਏਜ ਸ਼ੁਰੂ ਹੁੰਦੀ ਆ 6 ਤੋਂ ਲੈ ਕੇ 12 ਮਹੀਨਿਆਂ ਤੋਂ ਐਂਡ 2 ਤੋਂ ਲੈ ਕੇ 3 ਸਾਲ ਤੱਕ ਇਹ ਜਿਹੜੀ ਸਟੇਜ ਹੈਗੀ ਆ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਆ ਜਦੋਂ ਆਪਾਂ ਗੱਲ ਕਰਦੇ ਆ ਪ੍ਰਾਈਵੇਟ ਸਪੀਚ ਦੀ ਇਹਨੂੰ ਆਪਾਂ ਈਗੋਸੈਂਟ੍ਰਿਕ ਸਪੀਚ ਵੀ ਕਹਿੰਦੇ ਆ ਨਿੱਜੀ ਬੋਲੀ ਜਾਂ ਫਿਰ ਹਮੇ ਕੇਂਦ੍ਰਿਤ ਬੋਲੀ ਇਸ ਸਟੇਜ ਦੇ ਵਿੱਚ ਬੱਚੇ ਖੁਦ ਨਾਲ ਗੱਲਾਂ ਕਰਦੇ ਨੇ ਜਦੋਂ ਬੱਚਿਆਂ ਨੇ ਕੋਈ ਕੰਮ ਕਰਨਾ ਹੁੰਦਾ ਹੈ ਤਾਂ ਉਹ ਖੁਦ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਐਂਡ ਇਹ ਜਿਹੜੀ ਸਪੀਚ ਹੈ ਪ੍ਰਾਈਵੇਟ ਸਪੀਚ ਦੀ ਮੈਂ ਗੱਲ ਕਰ ਰਿਹਾ ਤਿੰਨ ਤੋਂ ਲੈ ਕੇ 4 ਸਾਲਾਂ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉਨਾ ਵਿੱਚ ਇਹ ਡਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਐਂ ਕਈ ਵਾਰ ਤੁਸੀਂ ਵੇਖਿਆ ਹੋਊਗਾ ਕਿ ਛੋਟੇ ਜਿਹੇ ਬੱਚੇ ਨੇ ਉਹ ਕਹਿੰਦੇ ਨੇ ਕਿ ਇਸ ਤੋਂ ਬਾਅਦ ਮੈਂ ਆਪਣਾ ਹੋਮਵਰਕ ਕਰਨਾ ਹੈ ਇਸ ਤੋਂ ਬਾਅਦ ਮੈਂ ਆਵਲੇ ਕੰਮ ਨੂੰ ਪੂਰਾ ਕਰਨਾ ਹੈ ਸੋ ਇਹ ਜਿਹੜੀ ਗੱਲਬਾਤ ਉਹ ਕਰਦੇ ਨੇ ਖੁਦ ਨਾਲ ਹੀ ਇਹਨੂੰ ਆਪਾਂ ਪ੍ਰਾਈਵੇਟ ਸਪੀਸ ਦਾ ਨਾਮ ਦਿੰਦੇ ਆ ਤਿੰਨ ਚਾਰ ਸਾਲ ਦੇ ਬੱਚਿਆਂ ਤੋਂ ਇਹ ਸ਼ੁਰੂ ਹੁੰਦੀ ਹੈ ਐਂਡ ਲਗਭਗ 5 ਤੋਂ ਲੈ ਕੇ 6 ਸਾਲ ਤੱਕ ਇਹ ਚੱਲਦੀ ਰਹਿੰਦੀ ਹੈ ਇਹ ਜਿਹੜੀ ਸਟੇਜ ਹੈਗੀ ਆ ਪ੍ਰਾਈਵੇਟ ਸਪੀਚ ਦੀ ਮੈਂ ਗੱਲ ਕਰ ਰਹੀ ਆਂ ਐਂਡ ਬਾਅਦ ਵਿੱਚ ਇਹੀ ਪ੍ਰਾਈਵੇਟ ਸਪੀਚ ਇਨਰ ਸਪੀਚ ਦਾ ਰੂਪ ਲੈ ਲੈਂਦੀ ਹੈ ਇਨਰ ਸਪੀਚ ਦੀ ਜਦੋਂ ਆਪਾਂ ਗੱਲ ਕਰਦੇ ਆਂ 3rd ਨੰਬਰ ਵਾਲੀ ਸਪੀਚ ਹੈ ਅੰਦਰੂਨੀ ਬੋਲੀ ਆਪਾਂ ਇਹਨੂੰ ਕਹਿੰਦੇ ਆਂ ਕਿ ਜਦੋਂ ਬੱਚੇ ਪ੍ਰੋਬਲਮਸ ਨੂੰ ਸਮੱਸਿਆਵਾਂ ਨੂੰ ਆਪਦੇ ਦਿਮਾਗ ਦੇ ਅੰਦਰ ਹੀ ਸੋਲਵ ਕਰਨਾ ਸ਼ੁਰੂ ਕਰ ਦਿੰਦੇ ਨੇ ਇਹਨੂੰ ਆਪਾਂ ਇਨਰ ਸਪੀਚ ਦਾ ਨਾਮ ਦਿੰਦੇ ਆਂ ਇਹ ਜਿਹੜੀ ਸਟੇਜ ਹੈ ਇਹ ਸਪੀਚ 7 ਤੋਂ ਲੈ ਕੇ 8 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਜੀ ਐਤੋਂ ਇਹ ਸ਼ੁਰੂਆਤ ਹੁੰਦੀ ਹੈ ਇਸ ਸਪੀਚ ਦੇ ਡਵੈਲਪਮੈਂਟ ਦੀ ਖੁਦ ਦੇ ਐਕਸ਼ਨ ਨੂੰ ਰੈਗੂਲੇਟ ਕਰਨ ਲਈ ਇਸ ਸਪੀਚ ਦੀ ਵਰਤੋਂ ਕੀਤੀ ਜਾਂਦੀ ਹੈ ਐਂਡ ਬੱਚੇ ਇਸ ਸਪੀਚ ਦੀ ਵਰਤੋਂ ਖੁਦ ਦੇ ਬਿਹੇਵੀਅਰ ਨੂੰ ਕੰਟਰੋਲ ਕਰਨ ਲਈ ਰੈਗੂਲੇਟ ਕਰਨ ਲਈ ਆਪਦੇ ਇਮੋਸ਼ਨਸ ਨੂੰ ਐਂਡ ਜਿਹੜੇ ਫਿਊਚਰ ਐਕਸ਼ਨਸ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਇਸ ਤਰ੍ਹਾਂ ਦੀ ਸਪੀਚ ਦੀ ਵਰਤੋਂ ਕਰਦੇ ਆ ਇਨਰ ਸਪੀਚ ਦੀ ਆਪਾਂ ਗੱਲ ਕਰ ਰਹੇ ਆ ਅੰਦਰੂਨੀ ਬੋਲੀ ਦੀ ਐਂਡ ਇਹ ਜਿਹੜੀ ਅੰਦਰੂਨੀ ਬੋਲੀ ਹੈਗੀ ਆ ਸਭ ਤੋਂ ਲੈ ਕੇ 8 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਜੀ ਇੱਥੋਂ ਇਹਦੀ ਸ਼ੁਰੂਆਤ ਹੋ ਜਾਂਦੀ ਹੈ ਡਵੈਲਪਮੈਂਟ ਦੀ ਐਂਡ ਉਸ ਤੋਂ ਬਾਅਦ ਇਹ ਚੱਲਦੀ ਰਹਿੰਦੀ ਹੈ ਇਹ ਕੁਝ 3 ਟਾਈਪਸ ਆਫ ਸਪੀਚ ਹੈਗੀਆਂ ਸੀ ਜਿਹੜੀਆਂ ਕਿ ਵਾਈਗੋਟਸਕੀ ਦੁਆਰਾ ਦਿੱਤੀਆਂ ਗਈਆਂ ਸੀ ਐਗਜ਼ਾਮ ਪੁਆਇੰਟ ਆਫ 뷰 ਤੋਂ ਕਾਫੀ ਇੰਪੋਰਟੈਂਟ ਹੈਗੀਆਂ ਸੀ ਉਮੀਦ ਕਰਦਾ ਛੋਟ ਵੀਡੀਓ ਵੇਸ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਗਏ ਹੋਣੇ ਆ ਜੇਕਰ ਸਮਝ ਗਏ ਤਾਂ ਇੱਕ ਲਾਈਕ ਦਾ ਜਿਹੜਾ ਬਟਨ ਹੈ ਜੀ ਉਹ ਜ਼ਰੂਰ ਪ੍ਰੈਸ ਕਰ ਦਿਓ ਤੇ ਨਾਲ ਜਿਹੜਾ ਇੱਕ ਸਬਸਕ੍ਰਾਈਬ ਦਾ ਬਟਨ ਹੈ ਇਹਨੂੰ ਵੀ ਪ੍ਰੈਸ ਕਰ ਦਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵ